السلام علیکم بھائی جان اپا اگے ملیشیا پہ اڑا پیش رہے ہیں ملیشیا یورپ کی کڑ کڑ ڈرائیو لگیا ہی نہیں یورپ دا ویزا 3 سال تک کھاندا رہا نہیں لگیا آ جا کے پہ اڑا ساتھ رہے ہیں ملیشیا اب پہ اڑا نو کہندا رہا میں ابا جی دبئی پہ جو اتھوں میں ویزا لوا کے اٹلی سپین پرتگال کے لیے یورپ پار نکل جاتا ابا کہندا نہیں پترا اتھے نہیں بھیجنا اتھے یہ اچھی بڑی ہے یہ تے وہ ਪਰ ਕਹਿੰਦਾ ਮਲੇਸ਼ੀਆ ਪਏ ਨੇ ਉੱਥੇ ਮੁਸਲਮਾਨ ਰਹਿੰਦੇ ਆ ਮੈਂ ਕਿਹਾ ਸਹੀ ਆ ਅੱਬਾ ਉਹਦੀ ਕਹਿੰਦੇ ਨੇ ਮਲੇਸ਼ੀਆ ਪਏ ਨੇ ਮਲੇਸ਼ੀਆ ਮੁਸਲਮਾਨ ਰਹਿੰਦੇ ਆ ਉੱਥੇ ਤੂੰ ਕੰਮ ਕਾਜ ਕਰ ਸੀ ਪੈਸੇ ਕਮਾ ਸੀ ਯਾਸ਼ੀਆਂ 'ਚ ਨਹੀਂ ਵੜ ਲਿਆ ਹੁਣ ਕੱਲ੍ਹ ਦਾ ਇੱਥੇ ਮੈਂ ਆਏ ਹਾਂ ਇੱਥੇ ਕੱਚੇ ਅੱਧੇ ਦੇ ਕੱਚੇ ਪਾਏ ਨੇ ਕੁੜੀਆਂ ਅਤੇ ਇੱਥੇ ਕੀ ਮੁਸਲਮਾਨਾਂ ਦਾ ਰਿਵਾਜ ਹੈ ਅੱਬਾ ਤੇ ਅੱਬੇ ਤਾਂ ਸਮਝਿਆ ਉੱਪਰ ਯਾਸ਼ੀ ਤੂੰ ਬਾਕੀ ਇਹਦਾ ਗਲਤ ਕੰਮਾਂ 'ਚ ਨਹੀਂ ਵੜ ਲਿਆ ਚਲੋ ਆਪਣੀ ਮਿਹਨਤ ਮਜ਼ਦੂਰੀ ਕਰੇਗਾ ਹੁਣ ਅੱਬੇ ਨੂੰ ਕੌਣ ਸਮਝਾਏ ਇੱਥੇ ਆ ਕੇ ਇੱਥੇ ਵੀ ਯੂਰਪ ਵਾਲਾ ਹਿਸਾਬ ਹੈ ਸਾਰਾ ਇੱਥੇ ਪਾਕਿਸਤਾਨ ਵਾਲਾ ਹਿਸਾਬ ਕੋ ਨਹੀਂ ਆਇਆ ਸਾਹਮਣੇ ਕਮਰੇ ਖਲਦੀ ਨਹੀਂ ਰਹਿੰਦੀ ਉਹ ਕੱਲ੍ਹ ਤਾਂ ਮੈਂ ਆਇਆ ਤਾਂ ਆਈ ਨਹੀਂ ਗਈ ਪਤਾ ਨਹੀਂ ਕਿਤੇ ਗਈ ਹੋਣੀ ਹੈ ਨਾਲ ਵਾਲੇ ਕਮਰੇ 'ਚ ਜਿੱਦੀ ਰਿਹਾਇਸ਼ੀ ਹੋ ਰਹਿੰਦਾ ਉਸ ਤੋਂ ਅਗਲੇ ਕਮਰੇ 'ਚ ਇੱਕ ਇੰਡੀਅਨ ਰਹਿੰਦੀ ਹੈ ਪਹਿਲਾਂ ਕੌਣ ਸਮਝਾਏ ਆ ਇਸ ਤਰ੍ਹਾਂ ਬੰਦਾ ਸਮਝਾਏ ਬਾ ਕਹਿੰਦਾ ਦੇਸ਼ੀ ਆ ਜਾ ਉੱਥੇ ਤੂੰ ਸਹੀ ਰਿਹਾ ਸੀ ਉੱਥੇ ਕੋਈ ਰਿਹਾਇਸ਼ੀ ਨਹੀਂ ਹੈ ਬਈ ਨਹੀਂ ਤੋੜਨਾ ਅਤੇ ਤੂੰ ਯਾਸ਼ੀਆਂ 'ਚ ਵਾਪ ਜਾਣਾ ਬਾਕੀ ਤੁਹਾਨੂੰ ਮੈਂ ਦੂਸਰੀ ਵੀਡੀਓ ਬਣਾ ਕੇ ਚਾੜਾਂਗਾ ਥੈਲੇ ਦੇ ਨਜ਼ਾਰੇ ਵੀ ਤੁਹਾਨੂੰ ਚੈੱਕ ਕਰਾਂਗਾ ਅਤੇ ਨਾਲ ਨਾਲ ਪਈਆਂ ਬਸੋ ਅਤੇ ਥੱਲੇ ਤੁਹਾਨੂੰ ਚੀਜ਼ੀਆਂ ਦਿਖਾਉਂਦਾ ਚੀਜ਼ੀਆਂ ਚੀਜ਼ੀਆਂ ਮਲੇਸ਼ੀਆ ਦੇ ਨਜ਼ਾਰੇ ਭਾਈਜਾਨ ਲੈਣੇ ਨੇ ਅਤੇ ਆ ਜਾਓ ਵੈਸੇ ਜ਼ਿਆਦਾ ਤਾਂ ਕੋਈ ਨਜ਼ਾਰੇ ਲੈਣ ਦਾ ਕੰਮ ਕਾਜ ਕਰਨਾ ਚਾਹੀਦਾ ਅਤੇ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਲਾਜ਼ਮੀ ਕਰਨਾ ਮੇਰੇ ਚੈਨਲ ਨੂੰ ਅੱਛਾ ਹਮਜ਼ਾ ਪੰਡੋੜੀ ਵਾਲਾ ਚੈਨਲ ਦਾ ਨਾਮ ਹੈ